ਬੇਸ਼ੱਕ ਪੰਜਾਬ 'ਚ ਟਰੱਕ ਆਪਰੇਟਰਾਂ ਦੀ ਹੜਤਾਲ ਨੂੰ ਭਰਵਾਂ ਸਮਰਥਨ ਮਿਲ ਰਿਹਾ, ਪਰ ਜੋ ਕੁਝ ਗੱਡੀਆਂ ਟਰੱਕ ਯੂਨੀਅਨਾਂ ਤੋਂ ਬਾਹਰ ਨਿੱਜੀ ਤੌਰ 'ਤੇ ਢੋਆ ਢੁਆਈ ਦਾ ਕੰਮ ਕਰਦੀਆਂ ਨੇ, ਇਹਨਾਂ ਵੱਲੋਂ ਆਪਣਾ ਕੰਮ ਨਿਰੰਤਰ ਜਾਰੀ ਰੱਖਿਆ ਗਿਆ। ਸ੍ਰੀ ਮੁਕਤਸਰ ਸਾਹਿਬ ਵਿਖੇ ਟਰੱਕ ਆਪਰੇਟਰਾਂ ਵੱਲੋਂ ਇਹਨਾਂ ਗੱਡੀਆਂ ਨੂੰ ਰੋਕਿਆ ਗਿਆ ਅਤੇ ਬੇਨਤੀ ਕੀਤੀ ਗਈ ਹੈ ਕਿ ਸਾਰੇ ਟਰੱਕਾਂ ਵਾਲੇ ਏਕੇ ਦਾ ਸਬੂਤ ਦੇਣ ਤਾਂ ਜੋ ਕੇਂਦਰ ਸਰਕਾਰ ਮੰਗਾਂ ਅੱਗੇ ਚੁੱਕ ਸਕੇ। ਅਸੀਂ ਬਸ ਡੀਜ਼ਲ ਪੈਟਰੋਲ ਵਾਲੇ ਅਸੀਂ ਹੜਤਾਲ ਕੀਤੀ ਹੈ ਜੀ, ਜਿੰਨੇ ਵੀ ਅਸੀਂ ਗੱਡੀਆਂ ਲੈਣ ਰੋਕ ਰਹੇ ਹਾਂ ਅਤੇ ਸਾਡੇ ਨਾਲ ਮੋਢਾ ਮੋਢਾ ਲਾ ਕੇ ਚੱਲਣ, ਇਸ ਕਰਕੇ ਅਸੀਂ ਹੜਤਾਲ ਕੀਤੀ। ਆਪਣੇ ਜਿਹੜੇ ਪੈਟਰੋਲ ਅਤੇ ਡੀਜ਼ਲ ਦੇ ਜਿਹੜੇ ਭਾਅ ਵਧੇ ਆ, ਜਿਹੜੇ ਇਹਨਾਂ ਟੂਲ ਟੈਕਸ ਲਾਏ ਆ, ਇੱਕ ਜਿਹੜਾ ਗੁੰਡਾ ਟੈਕਸ ਲਾਇਆ ਇਹਨਾਂ ਨੇ, ਉਹਦੇ ਵਾਸਤੇ ਸਰਕਾਰ ਹੈ ਜਿੰਨੇ ਕਿ ਸਾਡੀ ਗੱਲ ਨਹੀਂ ਸੁਣਦੀ ਕਿ ਉਹਨਾਂ ਚੋਂ ਸਾਡਾ ਸੰਘਰਸ਼ ਜਿਹੜਾ ਇਹ ਪੂਰੇ ਤੌਰ 'ਤੇ ਵਿੱਢਿਆ ਜਾਊਗਾ। ਅਤੇ ਅੱਜ ਦਾ ਤੁਹਾਡਾ ਕੀ ਮੇਨ ਮਕਸਦ ਆ? ਅੱਜ ਦਾ ਸਾਡਾ ਮੇਨ ਮਕਸਦ ਇਹ ਹੈ ਵੀ ਜਿਹੜੇ ਗੱਡੀਆਂ ਭਰ ਕੇ ਜਾ ਰਹੇ ਆ, ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਇਹ ਜਿਹੜਾ ਕੰਮ ਹੈ ਸਾਰਿਆਂ ਦਾ ਆਪਣਾ ਸਾਂਝਾ, ਸਾਰਿਆਂ ਅੱਗੇ ਬੇਨਤੀ ਹੈ ਵੀ ਜਿਹੜਾ ਮਿਹਨਤੀ ਕਰਦੇ ਹੈਗੇ ਵੀ ਇਹ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨ, ਜਿਹੜਾ ਇਹ ਕਰ ਰਹੇ ਕੰਮ ਇਹ ਸਾਡੇ ਸਾਰਿਆਂ ਦਾ ਨੁਕਸਾਨ ਹੈ।